ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅੱਜ ਆਪਾਂ ਆਏ ਹੋਏ ਆ ਪਿੰਡ ਮੁੱਲਾਂ ਪਰਦਾਖਾ ਲੱਕੀ ਵੀਰ ਜੀ ਦੀ ਛੱਤ ਹੈ ਜੀ ਤੇ ਬਾਈ ਹੁਣਾਂ ਦੇ ਘਰੇ ਲਗਾਇਆ ਹੂਟਰ ਸਿਸਟਮ ਤੇ ਮੈਂ ਕਿਹਾ ਵੀਰ ਦੇ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਹਾਂ ਤੇ ਬਾਈ ਜੀ ਦੇ ਕੋਲ ਕਿਹੜੇ ਕਬੂਤਰ ਨੇ ਕਿਹੜੀਆਂ ਨਸਲਾਂ ਨੇ ਸਾਰਿਆਂ ਦੇ ਬਾਰੇ ਜਾਣਕਾਰੀ ਦੇਵਾਂਗੇ ਕਿਹੜੇ ਕਿਹੜੇ ਕਬੂਤਰ ਨੇ ਕਿੱਦਾਂ ਦੇ ਨੇ ਪੂਰਾ ਆਪਾਂ ਸ਼ੌਂਕ ਕਰਵਾਵਾਂਗੇ ਤੁਹਾਨੂੰ ਜੀ ਤੇ ਬਾਈ ਹੁਣੀ ਵਧੀਆ ਬਾਜ਼ੀਆਂ ਵੀ ਜਿੱਤੇ ਨੇ ਲੋਕਡਾਊਨ ਦੇ ਵਿੱਚ ਵੀ ਕੁਝ ਬਾਜ਼ੀਆਂ ਛੱਡੀਆਂ ਸੀ ਤੇ ਬਾਈ ਦੇ ਕਬੂਤਰਾਂ ਦਾ ਆਪਾਂ ਤੁਹਾਨੂੰ ਸ਼ੌਂਕ ਕਰਾਉਣ ਜਾ ਰਹੇ ਹਾਂ ਕਬੂਤਰ ਬਾਈ ਹੁਣਾਂ ਦੇ ਕੋਲ ਬਾਈ ਕੌਣ ਉਸਤਾਦ ਨੇ ਤੁਹਾਡੇ ਬਾਈ ਜੀ ਮੇਰੇ ਉਸਤਾਦ ਹੈਗੇ ਜੀਤ ਦੁਬਈ ਵਾਲੇ ਜੀ ਦੁਬਈ ਵਾਲੇ ਜੀ ਠੀਕ ਹੈ ਜੀ ਉਹਨਾਂ ਨੂੰ ਉਸਤਾਦ ਬਣਾਇਆ ਜੀ ਠੀਕ ਹੈ ਤੇ ਕਿੰਨੀ ਦੇਰ ਹੋ ਗਈ ਕਬੂਤਰ ਰੱਖਿਆ ਕਬੂਤਰ ਰੱਖਿਆ ਹੁੰਦਾ ਵੀਰੇ ਬਚਪਨ ਦੇ ਸ਼ੌਂਕ ਆ ਕਬੂਤਰ ਦਾ ਵਾਹਵਾ ਟਾਈਮ ਦੇ ਆ ਤੇ ਮਤਲਬ ਵਿੱਚ ਇਹ ਕਬੂਤਰ ਆਪਾਂ ਛੱਡਦੇ ਸੀਗੇ ਹੁਣ ਦੁਬਾਰਾ ਆਪਾਂ ਫੇਰ ਬਾਜ਼ੀਆਂ ਸ਼ੁਰੂ ਕੀਤੀਆਂ 2016 दूसर पर सट लागी नहीं चार कबूतर दूसर चाहे थोड़ा पिंड चौथा अपना तीन ही उड़े बीजी सट लग गई फटन लगे कबूतर जो पिंजरे च पाए हुए ने जी ਤੇ ਨਾਲ ਬਾਈ ਦੇ ਫਰੈਂਡ ਹੀ ਨੇ ਜੀ ਤੁਹਾਨੂੰ ਇੱਕ ਵਾਰ ਇਹਨਾਂ ਦੇ ਨਾਲ ਵੀ ਆਪਾਂ ਮਿਲਾ ਦਈਏ ਜੀ ਆ ਵੀਰ ਜੀ ਆਪਾਂ ਨੂੰ ਨਾ ਬਾਈ ਜੀ ਨੇ ਕਬੂਤਰ ਦਿੱਤਾ ਸੀ ਆਪਣੇ ਉਸਤਾਦ ਜੀ ਨੇ ਜੀਤ ਦੁਬਈ ਇਹ ਵੀਰ ਜੀ ਦਾਇਆ ਆਪਣਾ ਕਬੂਤਰ ਜਿੱਤਿਆ ਸੀਗਾ ਆਪਾਂ ਉਸ ਬਾਜੀ ਦੇ ਸੀਗੇ ਤੇ ਬਹੁਤ ਸੋਹਣਾ ਉੱਡਿਆ ਇਹ ਕਬੂਤਰ ਰਾਤ ਨੂੰ 8:15 ਵਜੇ ਵੀਰੇ ਟਾਵਰ ਤੇ ਬੈਠਾ ਸੀ ਢਾਂਗੀ ਮਿਲ ਚੜਿਆ ਠੀਕ ਬਾਈ ਜੀ ਨੇ ਮੈਨੂੰ ਮਤਲਬ ਮੈਨੂੰ ਵਧੀਆ ਲੱਗਿਆ ਬਾਈ ਜੀ ਨੇ ਮੈਨੂੰ ਗਿਫਟ ਹੀ ਕਰਤਾ ਬਹੁਤ ਸੋਹਣਾ ਕਬੂਤਰ ਆ ਜੀ ਚਿੱਟੀਆਂ ਅੱਖਾਂ ਦਾ ਕਬੂਤਰ ਚਿੱਟੀਆਂ ਲਾਲ ਗਈ ਅੱਖਾਂ 'ਚ ਥੋੜ੍ਹੀ ਥੋੜ੍ਹੀ ਇਹਦਾ ਪੱਲਾ ਦਿਖਾਣਾ ਜੀ ਕੱਟੇ ਹੋਏ ਨੇ ਹਾਂ ਵੀਰੇ ਵੱਡੇ ਕਬੂਤਰ ਆ ਕੈਂਚ ਕੀਤੇ ਪਰ ਕੱਟੇ ਹੋਏ ਨੇ ਜੀ ਪੰਜੇ ਦਿਖਾਓ ਜੀ ਇਸ ਕਬੂਤਰ ਦੇ ਇਹ ਦੇਖੋ ਜੀ ਇਹ ਪੰਜੇ ਨੇ ਕਬੂਤਰ ਦੇ ਜੀ ਠੀਕ ਆ ਵੀਰ ਜੀ ਲਾਲ ਛੁੱਟ ਨੇ ਜੀ ਇਸ ਕਬੂਤਰ ਦੇ ਤੁਹਾਨੂੰ ਦੱਸ ਦਈਏ ਬਹੁਤ ਵਧੀਆ ਇਹ ਕਿਹੜੀ ਜਗ੍ਹਾ ਜਿੱਤਿਆ ਸੀ ਬਾਜੀ ਇਹ ਵੀਰ ਜੀ ਗਊਸ਼ਾਲਾ ਵਾਲੀ ਦਾਇਆ ਗਊਸ਼ਾਲਾ ਵਾਲੀ ਦਾਇਆ ਕਿੰਨੇ ਕਬੂਤਰ ਉੱਡੇ ਸੀ ਉੱਥੇ ਕਬੂਤਰ ਤਾਂ ਵੀਰੇ 15-20 ਹੀ ਸੀਗੇ ਇਹ ਰਾਤ ਨੂੰ ਮਤਲਬ 8:15 ਵਜੇ ਕਬੂਤਰ ਬੈਠਾ ਲੋਕਡਾਊਨ ਦੇ ਵਿੱਚ ਹੀ ਛੱਡਿਆ ਸੀ ਬਾਈ ਜੀ ਗਰਮੀ ਚੰਗੀ ਸੀ ਪੂਰਾ ਬਾਈ ਦਿਨ ਐਨ ਪੂਰਾ ਮਗਿਆ ਪਿਆ ਸੀਗਾ ਜੀ ਠੀਕ ਆ ਇਹ ਢਾਂਗੀ ਵੀ ਨਹੀਂ ਚੜਿਆ ਰਾਤ ਨੂੰ ਫਿਰ 8:15 ਵਜੇ ਟਾਵਰ ਤੋਂ ਹੀ ਲਾ ਕੇ ਲਿਆਉਂਦਾ ਸੀਗਾ ਬਾਈ ਠੀਕ ਆ ਜੀ ਬਹੁਤ ਵਧੀਆ ਜੀ ਤੇ ਇੱਕ ਵੀਰ ਜੀ ਆਪਣਾ ਆਹ ਬੱਚਾ ਐਤਕੀ ਲੋਕਡਾਊਨ 'ਚ ਛੱਡਿਆ ਸੀਗਾ ਇਹ ਹਾਂਜੀ ਤੇ ਇਹ ਵੀਰੇ ਨੇ ਕਲੀ ਵੀ ਨਹੀਂ ਸਿੱਟੀ ਸੀਗੀ ਬੱਚੇ ਨੇ ਕਾਲੀਆਂ ਅੱਖਾਂ ਦਾ ਜੀ ਹਾਂ ਜਮਾਂਦਰੂ ਪੂਛ ਕਾਲੀ ਆ ਜਮਾਂਦਰੂ ਪੂਛ ਕਾਲੀ ਆ ਜੀ ਪੂੰਝ 'ਚ 15 ਫਰ ਆ ਵੀਰ ਜੀ ਇਹਦੇ ਠੀਕ ਆ ਜੀ ਤੇ ਇਹਨੇ ਕਲੀ ਵੀ ਨਹੀਂ ਝਾੜੀ ਵੀਰ ਜੀ ਇੱਥੇ ਇਹਨਾਂ ਆਪਣੇ ਚਮਿੰਡੇ ਛੱਡਿਆ ਸੀਗਾ ਚਮਿੰਡੇ ਹਾਂ 5 ਕਬੂਤਰਾਂ ਨੇ ਟਾਈਮ ਕੀਤਾ ਸੀ ਬੱਚੇ ਬੱਚੇ ਨੇ ਇਹਨੇ ਟਾਈਮ ਕੀਤਾ ਠੀਕ ਆ ਜੀ ਇਹ ਬਾਜੀ ਜਿੱਤਣ ਤੋਂ ਬਾਅਦ ਘਰੇ ਅਸੀਂ ਵੀਰੇ ਇਹਦੇ ਗੇੜੇ ਵੀ ਨਹੀਂ ਪਵਾਏ ਅੱਛਾ ਜਾ ਕੇ ਇਹਨੂੰ ਧੋਥਣਾ ਬਾਜੀ ਤੇ ਛੱਡਦਾ ਦੂਜੀ ਬਾਜੀ ਫੇਰ ਛੱਡਦਾ ਹਾਂ ਜਿਹਦੀ ਘਰੇ ਵੀ ਨਹੀਂ ਗੇੜੇ ਪਵਾਏ ਬਾਜੀ ਤੋਂ ਸਿੱਧਾ ਬਾਜੀ ਛੱਡਦਾ ਠੀਕ ਆ ਜੀ ਤੇ ਉਸ ਤੋਂ ਬਾਅਦ ਵੀਰ ਜੀ ਇਹ ਫੇਰ ਦੂਸਰ ਦੇ ਵਿੱਚ ਆ ਗਿਆ ਬੱਚਾ ਠੀਕ ਆ ਠੀਕ ਜਦੋਂ ਵੀਰ ਜੀ ਇਹ ਬੱਚਾ ਅਸੀਂ ਫੜਨ ਲੱਗੇ ਸਾਡੇ ਤੋਂ ਥੋੜੇ ਜਿਹਾ ਕਾਲੀ ਕਰਕੇ ਥੋੜਾ ਜਿਹਾ ਹੱਥ ਵੱਜ ਗਿਆ ਤੇ ਇਹਦਾ ਥੋੜਾ ਜਿਹਾ ਪੱਲੇ 'ਚ ਫਰਕ ਪੈ ਗਿਆ ਸੀਗਾ ਵੀਰ ਜੀ ਫਿਰ ਅਸੀਂ ਦੂਸਰ ਡਾਇਆ ਨੇ ਠੀਕ ਆ ਠੀਕ ਆ ਇਹ ਹੁਣ ਘਰੇ ਉੜਦਾ ਹੁਣ ਦੁਬਾਰਾ ਬਾਜੀ ਜੀ ਨੂੰ ਛੱਡਾਂਗੇ ਹੁਣ ਮਦੀਨ ਬਣ ਗਈ ਫਿਰ ਦੁਬਾਰਾ ਬਹੁਤ ਵਧੀਆ ਬਹੁਤ ਸੋਹਣੀ ਹੈ ਜੀ ਇਹਦਾ ਪੱਲਾ ਦਿਖਾਓ ਜੀ ਇੱਕ ਮਿੰਟ ਇਹ ਦੇਖੋ ਜੀ ਪੱਲਾ ਬਹੁਤ ਸੋਹਣੇ ਪਰਨੇ ਜੀ ਪੰਜੇ ਵੀ ਦਿਖਾ ਦਿਓ ਇਹਦੇ ਜੀ ਕਾਲੂ ਹੋਏ ਜਮਾਂਦਰੂ ਹੀ ਆ ਜੀ ਇਹ ਦੇਖੋ ਜੀ ਬਹੁਤ ਵਧੀਆ ਜੀ ਕਾਲੀ ਪੂੰਛ ਦਾ ਬੱਚਾ 2 ਵਾਰੀਆਂ ਉੱਡ ਚੁੱਕਾ ਜੀ ਤੀਸਰੀ ਵਾਰ ਐਤਕਾਂ ਦੁਬਾਰਾ ਉੱਡੂਗਾ ਜੀ ਠੀਕ ਆ ਵੀਰੇ ਇਹ ਵੀਰ ਜੀ ਆਪਣਾ ਨਾ ਤੁੰਗਾ ਹੇੜੀ ਕਬੂਤਰ ਉੱਡਿਆ ਸੀਗਾ ਤੁੰਗਾ ਹੇੜੀ ਹਾਂਜੀ ਤੁੰਗਾ ਹੇੜੀ ਨਹੀਂ ਆਪਣੇ ਤੁੰਗਾ ਹੇੜੀ ਸੀਗਾ ਸੋਰੀ ਹਾਂਜੀ ਮੈਂ ਦੇੜ ਕੇ ਆਣ ਲੱਗਾ ਤੁੰਗਾ ਹੇੜੀ ਉੱਡਿਆ ਸੀ ਇਹ ਐਂਡ ਵਾਲੇ 5 ਕਬੂਤਰਾਂ ਦੇ ਵਿੱਚ ਹਰ ਗਿਆ ਸੀਗਾ ਵੀਰ ਜੀ ਐਂਡ ਵਾਲੇ 5 ਕਬੂਤਰਾਂ ਇਹ ਮਤਲਬ ਕਬੂਤਰ ਇਹ ਆਪਣਾ ਮੀਰਾਬ ਆ ਜਾਂਦਾ ਮੀਰਾਬ ਕਬੂਤਰਾਂ ਚੋਂ ਆ ਜੀ ਮੌਜ ਪਿਆਰਾ ਕਬੂਤਰ ਆ ਜੀ ਠੀਕ ਆ ਵੀਰ ਜੀ ਪਰ ਇਹਦੇ ਵੀ ਕੱਟੇ ਹੋਏ ਨੇ ਕਾਲੀਆਂ ਵੱਡਾ ਕਬੂਤਰ ਕਰਕੇ ਵੀਰ ਜੀ ਫਿਰ ਕੱਟੇ ਹੁੰਦੇ ਆ ਸਾਰੇ ਇਹਨਾਂ ਦੇ
ठीक है जी। ये बई हुण लाल चीना कबूतर फड़िया के, ये वीर जी अपना राजन वाला कबूतर आ, राजन वाले। हाँ जी, ये वीर जी अपना बच्चा कढ़ाया सीगा। हाँ, ते एक इधर बच्चा आपां छड्डिया इधर कितने, हाँ जी कितने, मतलब 5 बजे बाजी जित गया सीगा। हाँ जी, दूजी बाजी इहदा बच्चा फिर असीं अपने गुड़े छड्डता जी। ठीक है, एंड ते दो रह गए सीगे, इक गुलजार दा ते इक अपना। हाँ जी, ये मतलब दूजा सैकंड हर गया सीगा कबूतर, इहदा पट्ठा, इहदा पट्ठा। हाँ जी, ये वड्डा कबूतर जी, लाल सराया है। ये देखो जी राजन वालियां चो, ये कित्थों आया कबूतर जी? जग्गा किला रायपुर को, बहुत सोहना। देखो जी किन्ना सुनखा कबूतर, अखां च चमक किन्नी आ। इहदे पंजे दिखाणा जी, ये देखो जी नीले पंजां दा, जामनी पंजां दा जी कबूतर आ। बहुत वधिया जी, कली भी नहीं छड्डदे वीरे, घरे बच्चे दंश पा दिंदे इहदे, रत्ते भी कढ जांदा, चिट्टे भी कढ जांदा अपने। ठीक आ, ठीक है जी, वधिया है वीर जी। आ भी कबूतरी वीर जी आपां लॉकडाउन दे विच छड्डी सीगी, ये भी अपने चारों के सांझी आ गई सी कबूतरी है। ये आप छड्डी सी अपने थीके कलोनिया च भी जी, चिट्टियां अखां की कबूतरी है जी। ये देखो जी ये पल्ले वधिया पल्ले ने जी, कबूतरी के पर भी बहुत वधिया ने, पंजे भी दिखा दियो इसदे जी। ਇਹਦਾ ਪਿਓ ਵੀਰ ਜੀ ਆਪਾਂ ਲਾਲਬਾਈ ਤੋਂ ਆਇਆ ਸੀਗਾ, ਇਹਦਾ ਅਵਤਾਰ ਹੁਣਾਂ ਕੋਲੋਂ। ਠੀਕ, ਬਹੁਤ ਸੋਹਣਾ ਰਿਜ਼ਲਟ ਆ ਇਹਨਾਂ ਦਾ ਵੀ ਕਬੂਤਰਾਂ ਦਾ ਜੀ, ਬਹੁਤ ਸੋਹਣੀ ਜੀ। ਇਹ ਵੀਰ ਜੀ ਆਪਣੀ ਸ਼ਾਹ ਕੀ ਕਬੂਤਰੀ ਆ, ਵੱਡੀ ਆ। ਹਾਂਜੀ, ਇਹ ਆਪਣੇ ਮੀਰ ਅੱਬਾ ਵਾਲਿਆਂ 'ਚੋਂ ਜਿਹੜਾ ਆਪਣਾ ਬਿਨਾਂ ਕਲੀ ਤੋਂ ਬੱਚਾ ਉੱਡਿਆ ਸੀ, ਦੋ ਬਾਜੀਆਂ। ਹਾਂਜੀ, ਉਹ ਇਸੇ ਕਬੂਤਰੀ ਦਾ ਪੁੱਤ ਆ, ਮਤਲਬ ਧੀ ਆ ਇਹਦੀ। ਠੀਕ ਆ, ਠੀਕ ਆ, ਕਬੂਤਰੀ ਬਣ ਗਈ ਉਹ ਵੀ, ਇਹਦੀ ਧੀ ਆ। ਠੀਕ ਆ, ਠੀਕ ਆ, ਠੀਕ ਆ ਜੀ, ਬਹੁਤ ਵਧੀਆ ਜੀ। ਇਹ ਮੀਰਾਬਾਂ ਚੋਂ, ਇਹ ਮੀਰਾਬਾਂ ਚੋਂ ਵੀ ਜੀ। ਹਾਂਜੀ, ਠੀਕ ਆ ਜੀ, ਪੰਜੇ ਦਿਖਾਣਾ ਜੀ ਇਹਦੇ। ਠੀਕ ਆ ਵੀਰ ਜੀ, ਆ ਵੀ ਦਿਖਾ ਦੇ ਕੋਈ ਨਹੀਂ। ਹਾਂ ਵੀਰ ਜੀ, ਆਪਣਾ ਕਬੂਤਰ ਹੈ ਨਾ ਪੁੰਨੂ ਵਾਲਾ ਕਬੂਤਰਾਂ ਚੋਂ ਇਹ, ਅਤੇ ਇਹ ਆਪਣੇ ਨਾ ਕਰਾਲੀ ਸਾਈਡ ਬਾਜੀ ਛੱਡਿਆ ਸੀਗਾ ਸਿੰਘਾ ਪਿੰਡ, ਮਤਲਬ ਸਾਰੀ ਬਾਜੀ ਨਾਲ ਵੀ ਵੀਰੇ ਘੰਟਾ ਵੱਧ ਉੱਡ ਗਿਆ ਸੀਗਾ। ਇੱਕ ਮਿੰਟ ਜੀ, ਇਹ ਦੇਖੋ ਜੀ ਕਬੂਤਰ ਦੀ ਅੱਖ ਅਤੇ ਚਮਕ ਬਹੁਤ ਜ਼ਿਆਦਾ ਅੱਖ ਦੇ ਵਿੱਚ, ਕੁਰਾਲੀ ਦੇ ਕੋਲ। ਹਾਂਜੀ ਹਾਂਜੀ, ਸਿੰਘਾ ਪਿੰਡ ਸੀਗਾ ਜੀ ਉੱਧਰ। ਠੀਕ ਹੈ ਜੀ, ਉੱਧਰ ਮਤਲਬ ਇਹ ਸਾਰੀ ਬਾਜੀ ਨਾਲ ਵੀ ਘੰਟਾ ਵੱਧ ਉੱਡ ਗਿਆ ਸੀ ਵੀਰੇ, ਇਹ ਨਾਲ ਦੇ ਪਿੰਡ ਜਾ ਕੇ ਖੜ ਗਿਆ ਸੀਗਾ, ਇਹ ਟਾਈਮ ਕਟਾ ਗਿਆ ਸੀ, ਅਤੇ ਮਤਲਬ ਉੱਥੇ ਢਾਂਗੀ 'ਤੇ ਲਾ ਲਿਆਂਦਾ ਸੀਗਾ ਇਹ ਕਬੂਤਰ, ਅਤੇ ਵਾਪਸੀ ਆ ਗਿਆ ਸੀ ਕਬੂਤਰ, ਅਤੇ ਉੱਡੇ ਇਹਦੇ ਬੱਚੇ ਵੀ ਬਹੁਤ ਉੱਡਦੇ ਵੀਰੇ। ਇਹ ਵੀ ਲਾਲ ਸਰਾ ਕਬੂਤਰ ਆ ਜੀ, ਸਿਰ 'ਤੇ ਲਾਲ ਛੁੱਟ ਨੇ ਜੀ, ਅਤੇ ਪਾਰੇ ਦੇ ਕੱਟੇ ਹੋਏ ਨੇ। ਪੰਜੇ ਦਿਖਾ ਦਿਓ ਵੀਰ ਜੀ ਇਹਦੇ ਜੀ, ਬੰਦ ਪੁੰਜੇ ਦਾ ਕਬੂਤਰ ਆ, ਦੇਖੋ ਜੀ ਨੀਲੇ ਪੈਰ ਨੇ ਬਿਲਕੁਲ ਇਸ ਕਬੂਤਰ ਦੇ। ਇਹਦੇ ਬੱਚੇ ਵੀ ਵੀਰੇ ਘਰੇ ਦੈਣੀ ਛਪਾ ਦਿੰਦੇ ਆਪਦੇ ਜੀ, ਬਹੁਤ ਵਧੀਆ ਜੀ, ਆਪ ਵੀ ਕਬੂਤਰ ਘਰੇ ਇਹ ਚਾਰ ਚਾਰ ਪੰਜ ਪੰਜ ਨੂੰ ਉੱਡਦਾ ਰਿਹਾ। ਆਹ ਵੀ ਵੀਰ ਜੀ ਆਪਣੇ ਪੁੰਨੂ ਵਾਲੇ ਕਬੂਤਰ ਆ। ਹਾਂਜੀ, ਅਤੇ ਜਿਹੜੀ ਆਪਣੀ ਆ ਸ਼ਾਖੀ ਕਾਲੀ ਗੂੰ ਦੀ ਕਬੂਤਰੀ ਆ, ਜਿਹੜੇ ਦੋ ਬਾਜੀਆਂ ਉੱਡਿਆ, ਉਹਦਾ ਪਿਓ ਆ ਵੀਰੇ ਜੀ। ਵੀਰੇ ਇਹਦੀ ਚੁੰਝ ਫੜ ਕੇ ਰੱਖੋ ਜਰਾ, ਇਹਦੀ ਅੱਖ ਦਿਖਾਉਣੀ ਆ ਜੀ, ਇਹ ਉਹਦਾ ਪਿਓ ਆ। ਇਹ ਦੇਖੋ ਜੀ, ਇਹ ਵੀਰੇ ਹਰੀਆਂ ਦੇ ਵੀ ਮਾਰ ਜਾਂਦੇ ਆਪਣੇ ਕੋਲ, ਕਾਲ ਸਿਰੇ ਕਾਲੀਆਂ ਦੇ ਵੀ ਕੱਢ ਜਾਂਦੇ, ਬਹੁਤ ਵਧੀਆ ਵੀਰੇ। ਪੰਜੇ ਵੀ ਦਿਖਾ ਦਿਓ ਜੀ ਇਸਦੇ, ਇਹ ਵੀ ਦੇਖੋ ਜੀ ਨੀਲੇ ਪੈਰਾਂ ਦਾ ਜੀ, ਵਧੀਆ ਪੰਛੀ ਨੇ ਵੀਰ ਦੇ ਕੋਲ, ਵਧੀਆ ਸ਼ੌਂਕ ਕੀਤਾ ਹੋਇਆ ਜੀ। ਇਹ ਜੀ ਬਾਈ ਦੇ ਕਬੂਤਰਾਂ ਦਾ ਤੁਸੀਂ ਸ਼ੌਂਕ ਕੀਤਾ, ਕੁਝ ਕਬੂਤਰ ਖੁੱਡੇ ਦੇ ਵਿੱਚ ਨੇ, ਉਹ ਵੀ ਤੁਹਾਨੂੰ ਦਿਖਾਵਾਂਗੇ। ਇੱਕ ਵਾਰ ਤੁਹਾਨੂੰ ਨੇੜੇ ਤੋਂ ਦਿਖਾ ਦਈਏ, ਜੋ ਕਬੂਤਰ ਆਪਾਂ ਹੁਣੇ ਤੁਹਾਨੂੰ ਦਿਖਾ ਰਹੇ ਸੀ, ਇਹ ਪਿੰਜਰੇ 'ਚ ਪਾਏ ਹੋਏ ਨੇ ਜੀ ਸਾਰੇ ਦੇ ਸਾਰੇ ਕਬੂਤਰ ਨੇ ਜੋ। ਆਪਣੀ ਕੋਸ਼ਿਸ਼ ਰਹਿੰਦੀ ਹੈ ਵੀ ਜਿੱਥੇ ਵੀ ਜਾਂਦੇ ਹਾਂ ਆਪਾਂ ਤੁਹਾਨੂੰ ਵੀਰੇ ਸ਼ੌਂਕ ਜ਼ਰੂਰ ਕਰਾਉਂਦੇ ਰਹਾਂਗੇ। ਕਬੂਤਰ ਕਿਉਂਕਿ ਖਿਡਾਰੀਆਂ ਤੋਂ ਉੱਪਰ ਪਏ ਨੇ, ਹਰ ਕਿਸੇ ਕੋਲ ਵਧੀਆ ਤੋਂ ਵਧੀਆ ਖਿਡਾਰੀ ਨੇ, ਆਪਣੇ ਆਪਣੇ ਏਰੀਏ ਦੇ ਵਿੱਚ ਹਰ ਕੋਈ ਵੀਰ ਬਾਜ਼ੀਆਂ ਜਿੱਤਦਾ ਆ ਜੀ, ਕੋਈ ਮਾਣ ਨਹੀਂ ਇਸ ਗੱਲ 'ਤੇ। ਟਾਈਮ ਕਿਸੇ ਦਾ ਵਧੀਆ ਲੱਕ ਚੱਲਦਾ, ਜਿਹਦਾ ਲੱਕ ਵਧੀਆ ਮਿਹਨਤਾਂ ਕੀਤੀਆਂ ਨੇ, ਲੱਕ ਵੀ ਵੀਰੇ ਮਿਹਨਤ ਦੇ ਨਾਲ ਬਣਦਾ, ਮਿਹਨਤ ਬਹੁਤ ਜ਼ਰੂਰੀ ਆ, ਨਸਲ ਵਧੀਆ ਹੋਣੀ ਚਾਹੀਦੀ ਆ, ਜੇ ਕਬੂਤਰ ਚੰਗਾ ਹੋਊਗਾ ਤਾਂ ਮਿਹਨਤ ਕੀਤੀ ਕੰਮ ਆਉਂਦੀ ਆ, ਨਹੀਂ ਤਾਂ ਸਾਰਾ ਸਾਲ ਦਾਣੇ ਤਾਂ ਗੋਲਿਆਂ ਨੂੰ ਵੀ ਲੋਕ ਪਾਈ ਜਾਂਦੇ ਨੇ ਜੀ। ਇਸ ਕਰਕੇ ਜਿੰਨਾ ਵੀ ਹੋ ਸਕਦਾ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਜਿਹੜਾ ਹੈਗਾ ਆ ਬਾਜ਼ੀਆਂ ਛੱਡਣ ਮੇਰੇ ਵੀਰ। ਬਾਕੀ ਵੀਰ ਦੇ ਕਬੂਤਰਾਂ ਦਾ ਆਪਾਂ ਤੁਹਾਨੂੰ ਸ਼ੌਂਕ ਕਰਵਾਉਂਦੇ ਹਾਂ ਜੀ,
ਇਹ ਹੈ ਜੀ ਇੱਕ ਖੁੱਡਾ ਦੱਸ ਦਈਏ ਤੁਹਾਨੂੰ ਮੁੱਲਾਂਪੁਰ ਦਾਖਾ ਲੁਧਿਆਣੇ ਦੇ ਬਿਲਕੁਲ ਨੇੜੇ ਆ ਜੀ ਇਹ ਛੋਟਾ ਜਿਹਾ ਕਸਬਾ ਆ ਇੱਥੇ ਵੀਰ ਦਾ ਸ਼ੌਂਕ ਕੀਤਾ ਹੋਇਆ ਲੱਕੀ ਵੀਰ ਨੇ ਇਹ ਬਾਈ ਦੇ ਕਬੂਤਰ ਖੁੱਡੇ ਦੇ ਵਿੱਚ ਕੁਝ ਇਹ ਨਰ ਨੇ ਮਾਦੀਆਂ ਜੀ ਇਹ ਵੀਰ ਜੀ 10 ਵਾਰ ਸਾਫ ਨਰ ਹੈ ਜੀ 10 ਵਾਰ ਸਾਫ ਨਰ ਇਸ ਵਾਰ ਜੋ ਬਾਜੀ ਛੱਡੇ ਜਾਣਗੇ ਇਹ ਉਹ ਨਰ ਨੇ ਜੀ ਇਹਨਾਂ ਦਾ ਮੇਰੇ ਵੀਰ ਤੁਸੀਂ ਸ਼ੌਂਕ ਕਰੋ ਤੁਹਾਨੂੰ ਨੇੜੇ ਤੋਂ ਸ਼ੌਂਕ ਕਰਵਾਉਂਦੇ ਆ ਜੀ ਕਬੂਤਰਾਂ ਦੇ ਕੱਦ ਕੱਠ ਵੀ ਬਹੁਤ ਸੋਹਣੇ ਨੇ ਵਧੀਆ ਰਿਜ਼ਲਟ ਆਇਆ ਹੋਇਆ ਬਾਈ ਉਹਨਾਂ ਨੇ ਉਹੀ ਬੱਚੇ ਕਢਾਏ ਨੇ ਜਿਨ੍ਹਾਂ ਦਾ ਰਿਜ਼ਲਟ ਵਧੀਆ ਸੀ ਤੁਹਾਨੂੰ ਵੀਰ ਦਾ ਸ਼ੌਂਕ ਕਿੱਦਾਂ ਲੱਗਦਾ ਹੈ ਦੱਸਣਾ ਜ਼ਰੂਰ ਜੀ ਬਾਈ ਦੇ ਬਾਕੀ ਖੁੱਡਿਆਂ ਦਾ ਵੀ ਤੁਹਾਨੂੰ ਸ਼ੌਂਕ ਕਰਵਾਵਾਂਗੇ ਜੀ ਕੁਝ ਉੱਪਰ ਬੈਠੇ ਹੋਏ ਨੇ ਜੀ ਇਹ ਦੇਖੋ ਜੀ ਸ਼ਾਹ ਆਖੇ ਕਬੂਤਰ ਨੇ ਬਾਈ ਦੇ ਇਹ ਦੇਖੋ ਬਾਈ ਸ਼ਾਹ ਆਖੇ ਬਹੁਤ ਹੀ ਵਧੀਆ ਰਿਜ਼ਲਟ ਇਹਨਾਂ ਕਬੂਤਰਾਂ ਦਾ ਜੋ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਨਾਲ ਨਾਲ ਵੀਰ ਜਿਹਨਾਂ ਵੀਰਾਂ ਨੇ ਅੱਜ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਵੀਰ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨ ਜੀ ਇਹ ਇੱਕ ਖੁੱਡਾ ਸੀ ਇਹ ਹੈ ਜੀ ਇੱਕ ਖੁੱਡਾ ਕੁਝ ਕਬੂਤਰ ਇਹਦੇ ਵਿੱਚ ਨੇ ਜੀ ਇਹਨਾਂ ਦਾ ਵੀ ਸ਼ੌਂਕ ਕਰੋ ਮੇਰੇ ਵੀਰ ਇਹ ਬਾਈ ਦੇ ਵੱਡੇ ਕਬੂਤਰ ਨੇ ਕਬੂਤਰੀਆਂ ਨੇ ਜੀ ਇਹ ਨਰ ਨੇ ਜੀ ਇਹ ਵੱਡੇ ਇੱਕ ਮਖਿਆਲਾ ਜੀ ਮੌਜ ਪਿਆਰਾ ਬਹੁਤ ਹੀ ਚੰਗਾ ਇਹ ਕਬੂਤਰ ਦੀਆਂ ਨਾ ਅੱਖਾਂ ਦਾ ਸ਼ੌਂਕ ਕਰਾਉਣਾ ਜੀ ਇਹਦੀਆਂ ਅੱਖਾਂ ਬਹੁਤ ਸੋਹਣੀਆਂ ਆਪਾਂ ਨੂੰ ਲੱਗੀਆਂ ਸੀ ਇਹ ਫੜ ਕੇ ਦਿਖਾਉਣਾ ਜਰਾ ਕਬੂਤਰ ਜੀ ਇਹ ਬਾਈ ਤੁਹਾਨੂੰ ਕਬੂਤਰ ਦਿਖਾ ਰਹੇ ਕਬੂਤਰ ਬਹੁਤ ਵਧੀਆ ਆ ਇਹਦਾ ਰਿਜ਼ਲਟ ਵੀ ਬਾਈ ਉਹਨਾਂ ਨੇ ਦੱਸਿਆ ਬਹੁਤ ਵਧੀਆ ਆ ਇਹ ਵੀਰੇ ਘਰੇ ਦਿਨ ਛੁਪਾ ਦਿੰਦਾ ਜੀ ਰਾਤ ਨੂੰ ਉੱਤੇ ਹੀ ਰਿਹਾ ਆਪਣੇ ਕੋਲ ਤਿੰਨ ਚਾਰ ਰਾਤਾਂ ਬਾਹਰ ਹੀ ਕੱਢੀਆਂ ਨੇ ਇਹ ਦੇਖੋ ਜੀ ਫਿਰ ਵੀਰੇ ਆਪਾਂ ਬਾਜੀ ਨਹੀਂ ਛੱਡਿਆ ਇਹ ਬਾਈ ਉਹਨਾਂ ਨੇ ਰੋਕਿਆ ਹੋਇਆ ਮਖਿਆਲਾ ਕਬੂਤਰ ਆ ਪੈਰ ਨੇ ਮੌਜ ਆ ਜੀ ਦਿਖਾ ਦਿਓ ਜੀ ਪੈਰ ਵੀ ਇਹਦੇ ਇਹ ਦੇਖੋ ਜੀ ਪੈਰਾਂ ਤੇ ਮੌਜ ਹੈ ਜੀ ਬਹੁਤ ਵਧੀਆ ਵੀਰ ਜੀ ਕਈ ਬੰਦੇ ਕਹਿੰਦੇ ਕਾਲੇ ਪੀਲੇ ਉੱਡਦੇ ਨਹੀਂ ਪਰ ਵੀਰੇ ਆਪਣੇ ਕੋਲ ਬਹੁਤ ਵਧੀਆ ਉੱਡਿਆ ਘਰੇ ਇਹ ਕੁਝ ਜੋ ਚੰਗੀਆਂ ਨਸਲਾਂ ਬਾਈ ਜੀ ਉੱਡਦੀਆਂ ਉੱਡਦੀਆਂ ਨੇ ਜੀ ਮੁੱਲਾਂਪੁਰ ਦਾਖਾ ਦੇ ਵਿੱਚ ਛੱਤ ਹੈ ਜੀ ਇਹਨਾਂ ਦੀ ਬਾਕੀ ਵੀਰ ਦੇ ਕਬੂਤਰ ਕਿੱਦਾਂ ਦੇ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਸਬਸਕ੍ਰਾਈਬ ਕਰਨਾ ਜੀ ਨਵੀਂ ਵੀਡੀਓ ਛੇਤੀ ਤੋਂ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ